ਅਸਲਾਮੋ ਅਲੈਕੁਮ ਸੱਜਣੋ ਅਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾ ਪਾਕ ਦੇ ਫਜ਼ਲ ਅਤੇ ਕਰਮ ਦੇ ਨਾਲ ਹੈਰੀਅਤ ਨਾਲ ਹੋਣਗੇ। ਅੱਜ ਦਿਨ ਹੈ ਜੀ ਬੁੱਧ ਦਾ, ਅਤੇ ਇਸ ਟਾਈਮ ਮੌਜੂਦ ਹਾਂ ਸਿਆਲਕੋਟ ਦੇ ਇੱਕ ਨਵੇਂ ਵਪਾਰੀ ਮੁਹੰਮਦ ਇਮਰਾਨ ਸਾਹਿਬ ਦੇ ਡੇਰੇ 'ਤੇ। ਮਾਸ਼ਾਅੱਲਾ ਜੀ, ਭਾਈ ਇਮਰਾਨ ਨੇ ਪਹਿਲੀ ਵੀਡੀਓ 'ਚ ਕਮਾਲ ਕੀਤਾ, ਦਿਲ ਖੁਸ਼ ਕੀਤਾ ਦੋਸਤਾਂ ਵਾਸਤੇ। ਚਾਰ ਟਾਪ ਕਲਾਸ ਅਤੇ ਆਲਾ ਨਸਲ ਦੀਆਂ ਝੋਟੀਆਂ ਲੈ ਕੇ ਆਏ ਨੇ, ਅਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 14 ਕਿਲੋ ਦੁੱਧ ਵਾਲੀ ਝੋਟੀ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਂਦੇ ਹਾਂ, ਅਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਅਤੇ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨਾ ਜੀ। ਭਾਈ ਇਮਰਾਨ ਆਓ ਜੀ ਸਾਹਮਣੇ ਜੀ। ਅਸਲਾਮ ਵਾਲੇਕੁਮ ਜੀ ਭਾਈ ਇਮਰਾਨ, ਕੀ ਹਾਲ ਹੈ ਸਰ? ਠੀਕ ਹੋ? ਅੱਛਾ ਸਰ, ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਅਤੇ ਆਪਣੇ ਇਸ ਡੇਰੇ ਦਾ ਵੀ ਤਾਰਫ ਕਰਵਾ ਦਿਓ। ਇਮਰਾਨ ਮੁਹੰਮਦ ਇਮਰਾਨ ਮੇਰਾ ਨਾਂ ਹੈ ਜੀ ਜੀ। ਵਾਲਦ ਦਾ ਨਾਂ ਗੁਲਾਮ ਮੁਸਤਫਾ ਹੈ, ਇਮਰਾਨ ਦੇ ਨਾਂ ਤੋਂ ਮਸ਼ਹੂਰ ਹੈ। ਜ਼ਿਲ੍ਹਾ ਮੇਰਾ ਸਿਆਲਕੋਟ, ਤਹਿਸੀਲ ਪਸਰੂਰ ਜੀ ਜੀ। ਖਾਸ ਪਿੰਡ ਠਰੋ ਹੈ, ਪਹਾੜ ਮੱਲੇ ਮੇਰਾ ਡੇਰਾ ਵੀ। ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਪਿੰਡ ਦਾ ਨਾਂ ਠਰੋ ਜੀ। ਠਰੋ ਮੰਡੀ ਮੇਨ ਚੌਕ ਜਨਾਬ ਦੇ ਨਜ਼ਦੀਕ ਹੀ ਹੈ ਜੀ ਜੀ, ਬਿਲਕੁਲ ਠੀਕ ਹੈ। ਅਗਰ ਕੋਈ ਦੋਸਤ ਪਸਰੂਰ ਦੇ ਤਰਫੋਂ ਆਉਣਾ ਚਾਹੀਦਾ ਕਿੰਨੇ ਕਿਲੋਮੀਟਰ? ਪਸਰੂਰ ਤੋਂ ਤਕਰੀਬਨ 8 ਕਿਲੋਮੀਟਰ ਹੈ। ਠੀਕ ਹੈ। ਅਤੇ ਭਾਈ ਜਾਨ, ਮਾਸ਼ਾਅੱਲਾ ਪਹਿਲੀ ਵੀਡੀਓ ਹੋਵੇ, ਅਤੇ ਰੇਟ ਵੀ ਜਨਾਬ ਦੇ ਕਾਫੀ ਮੁਨਾਸਬ ਨੇ ਸਾਡੇ ਨਜ਼ਦੀਕ। ਮਜ਼ੀਦ ਫੈਸਲਾ ਦੋਸਤ ਕਰਨ ਦੇ ਕਿ ਰੇਟ ਮੁਨਾਸਬ ਨੇ ਕਿ ਨਹੀਂ, ਅਤੇ ਕੋਸ਼ਿਸ਼ ਕਰਨੀ ਹੈ ਕਿ ਪਹਿਲੀ ਵੀਡੀਓ ਹੋਵੇ, ਖੁਰਾਕ ਹੀ ਕਰਨਾ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ। ਜਿਹੜੀ ਗੱਲ ਭਾਈ ਜਾਨ ਦੱਸਾਂਗੇ ਹੋਏਗੀ ਵੀ ਇੱਕ ਨੰਬਰ, ਚੈੱਕ ਕਰ ਲਏ ਜਿਸ ਤਰ੍ਹਾਂ ਮਰਜ਼ੀ ਸਾਡੇ ਰੇਟ, ਜਿੱਥੇ ਮਰਜ਼ੀ ਕੋਈ ਚੈੱਕ ਕਰ ਲਏ ਅੱਲਾ ਦੀ ਮਿਹਰਬਾਨੀ, ਦੂਸਰੇ ਲੋਕਾਂ ਨਾਲੋਂ 50,000 ਜਾਂ 40,000 ਥੱਲੇ ਹੋਏ। ਜ਼ਿੰਦਾਬਾਦ। ਪਹਿਲੀ ਵੀਡੀਓ ਹੋਵੇ ਅਤੇ ਮਕਸਦ ਹੈ ਕਿ ਕੰਮ ਮਾਸ਼ਾਅੱਲਾ ਚੱਲੇ, ਦੋਸਤ ਵੀ ਪਸੰਦ ਚਲਾਉਣ ਵਾਸਤੇ ਇਹ ਰੇਟ ਨੇ ਜਨਾਬ ਦਿੱਤੇ ਜੀ। ਜੀ ਪਿਆਰੇ ਭਾਈ, ਲੈ ਗਿਆ ਜੀ ਝੋਟੀ ਨੰਬਰ ਇੱਕ। ਲਓ ਜੀ ਦੋਸਤ, ਨੰਬਰ ਇੱਕ 'ਤੇ ਆ ਗਈ ਮਾਸ਼ਾਅੱਲਾ ਜੀ ਖੂਬਸੂਰਤ ਚੀਜ਼, ਹੈ ਹੈ ਵੀ 5 ਕਲਿਆਣ। ਮੁਕੰਮਲ ਤਸੱਲੀ ਦੋਸਤਾਂ ਨੂੰ ਕਰਵਾ ਦਿੰਦੇ ਹਾਂ। ਲਿਬਾਸ ਦੋਸਤਾਂ ਨੇ ਤਸੱਲੀ ਦੇ ਨਾਲ ਚੈੱਕ ਕਰ ਲੈਣਾ, ਪੁੱਠਾ ਵੀ ਦੋਸਤਾਂ ਦੇ ਸਾਹਮਣੇ। ਸਿਹਤਮੰਦ ਜਾਨਵਰ ਹੈ। ਲਓ ਜੀ ਦੋਸਤੋ, ਬਾਈ ਜਾਣ ਇੱਕ ਮਿੰਟ ਸਰਵਾ ਤੇ ਕਲਾ। ਲਓ ਜੀ ਦੋਸਤੋ, ਮੁਕੰਮਲ ਹਾਈਟ ਚੈੱਕ ਕਰ ਲੈਣੀ, ਲਾਂਭ ਦੋਸਤਾਂ ਦੇ ਸਾਹਮਣੇ। ਚਿਹਰਾ ਮੈਂ ਦੋਸਤਾਂ ਚੈੱਕ ਕਰਵਾ ਦਿੰਦਾ, ਭਜਨ ਚਿਹਰਾ ਤਾਂ ਇਸ ਸਾਈਡ 'ਤੇ ਕਰਿਓ ਜੀ ਭਜਨ ਲੈ ਜੀ। ਭਾਈ ਇਮਰਾਨ, ਇਹ ਸੂਈ ਹੈ ਜੀ, ਇਹ ਚੌਥੇ ਦਿਨ ਦੀ ਸੂਈ ਹੈ ਵੀਰ। 4 ਦਿਨ ਹੋ ਗਏ ਨੇ ਸੂਈ ਹੈ, ਜਾ ਕੀ ਮਗਰ ਇਹਨੇ ਸੂਈ ਨੂੰ 14 ਕਿਲੋ ਬੋਲਾ ਬੋਲਾ ਵੀਰ ਦੇ ਕੋਲ ਜਾ ਕੀ ਹੈ ਮਗਰ ਜੀ, ਕੱਟੀ ਜੇ ਤੇ ਮਗਰ ਜਨਾਬ। ਲੋ ਜੀ ਦੋਸਤ, ਜਾ ਮਗਰ ਕੱਟੀ ਦੁੱਧ 14 ਕਿਲੋ ਬੋਲਾ। ਹਾਂਜੀ, 4 ਕੁ ਦਿਨ ਹੋ ਗਏ ਨੇ ਸੂਇਆਂ ਜੀ ਜੀ ਭਾਈ ਜਾਨ, ਝੋਟੀ ਨੰਬਰ 1 ਦਾ ਰੇਟ ਲਾਓ। ਝੋਟੀ ਨੰਬਰ 1 ਦਾ ਰੇਟ ਵੀ ਲੋਕਾਂ ਵਾਸਤੇ ਰੇਟ ਤੇ ਬਹੁਤਾ ਕਰੀਦਾ, ਲੇਕਿਨ 2,90,000 ਦੀ ਦੇਣੀ। ਜ਼ਿੰਦਾਬਾਦ। ਲੋ ਜੀ ਦੋਸਤੋ, ਝੋਟੀ ਨੰਬਰ 1 ਸੀ, ਕੀਮਤ ਡਿਮਾਂਡ 2,90,000। ਦੂਸਰੇ ਸੂਏ ਸੂਈਏ, ਜਾ ਮਗਰ ਕੱਟੀ 14 ਕਿਲੋ ਬੋਲਾ ਜੀ ਭਾਈ ਜਾਨ, ਲੈ ਕੇ ਆਓ ਜੀ ਝੋਟੀ ਨੰਬਰ 2। ਲਓ ਜੀ ਦੋਸਤੋ, ਮੁਕੰਮਲ ਤਸੱਲੀ ਕਰ ਲੈਣੀ ਹੈ। ਲਿਬਾਸ ਵੀ ਦੋਸਤਾਂ ਦੇ ਸਾਹਮਣੇ, ਪੁੱਠਾ ਮੈਂ ਦੋਸਤਾਂ ਨੂੰ ਚੈੱਕ ਕਰਵਾ ਦਿੰਦਾ, ਇਹ ਵੀ ਸਿਹਤਮੰਦ ਜਾਨਵਰ ਹੈ। ਭਾਈ ਜਾਨ ਦਾ ਮੂੰਹ ਸਾਹਮਣੇ ਕਰਿਓ, ਇੱਥੇ ਖਿਲਾ ਰਿਹੋ। ਲਓ ਜੀ ਦੋਸਤੋ, ਕਾਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗਤ ਸੇਮ, ਸਿੰਘ ਦੋਸਤਾਂ ਨੇ ਚੈੱਕ ਕਰ ਲੈਣੇ ਨੇ, ਥਣ ਮੈਂ ਦੋਸਤਾਂ ਨੂੰ ਚੈੱਕ ਕਰਵਾ ਦੇਣਾ। ਲਓ ਜੀ ਦੋਸਤੋ, ਮੁਕੰਮਲ ਤਸੱਲੀ ਕਰ ਲੈਣੀ, ਮਾਸ਼ਾਅੱਲਾ ਜੀ ਚੰਗੇ ਪਾਵਰਫੁੱਲ ਥਣ ਲੱਗੇ ਨੇ ਜੀ ਭਾਈ ਜਾਨ, ਲੈ ਕੇ ਜਾਓ। ਭਾਈ ਇਮਰਾਨ, ਇਹ ਵੀ ਸੂਈ ਹੈ ਜੀ ਸਰ, ਇਹ ਵੀ ਸੂਈ ਤੇ ਕੱਲ ਵੀ ਸਰ। ਲਓ ਦੋਸਤੋ, ਪੁੱਠਾ ਵੀ ਚੈੱਕ ਕਰ ਲੈਣਾ, 2 ਦਿਨ ਹੋ ਗਏ ਨੇ ਸੂਇਆ, ਜਾ ਕੀ ਹੈ ਮਗਰ ਜੀ? ਇਹਦੇ ਮਗਰ ਵੀ ਕੱਟੀ ਹੈ ਸਰ। ਜਾ ਮਗਰ ਕੱਟੀ ਤੇ ਬੋਲਾ ਸਰ, ਕਿੰਨਾ ਕੱਟਿਆ ਜੀ? ਬੋਲਾ ਇਹਦੇ ਕੋਲ ਤਕਰੀਬਨ ਕੋਈ 12 ਸਿਰ ਦੇ ਸਰ ਜੀ, 10 ਤੋਂ 12 ਸਿਰ। ਜਾ ਸਮੇਤ, ਜਾ ਸਮੇਤ 10 ਤੋਂ 12 ਸਿਰ ਬੋਲਾ ਬੋਲਾ, ਕੱਲ ਦੀ ਸਵੇਰ ਦੀ ਸੂਈ। 10 ਕਿਲੋ ਦੀ ਗਰੰਟੀ ਹੋਏ ਜੀ? ਇਨਸ਼ਾਅੱਲਾ ਗਰੰਟੀ ਹੋਏ ਜੀ 10 ਕਿਲੋ। ਇਹ ਤਾਂ ਜਾ ਚੈੱਕ ਕਰਾਓ,
ਲਓ ਜੀ ਦੋਸਤ ਚੈੱਕ ਕਰ ਲੈਣੇ ਝੋਟੀ ਨੰਬਰ 2 ਤੇ ਜਾ ਮਗਰ ਕੱਟੀ 10 ਤੋਂ 12 ਸਿਰ ਬੋਲਾ 2 ਦਿਨ ਹੋ ਗਏ ਨੇ ਸੋਇਆ ਜੀ ਭਾਈ ਇਮਰਾਨ ਝੋਟੀ ਨੰਬਰ 2 ਦਾ ਰੇਟ ਝੋਟੀ ਨੰਬਰ 2 ਦਾ ਰੇਟ ਸਰ ਜੀ ਕਰੀਦਾ ਤੇ ਵੱਧ ਘੱਟ ਵੀ ਕਰੀਦਾ ਲੇਕਿਨ ਸਿਰਫ 2,20,000 ਰੁਪਇਆ ਜ਼ਿੰਦਾਬਾਦ 2,20,000 ਸਿਰਫ ਇਹ ਡੇਰੇ ਦੀ ਮਸ਼ਹੂਰੀ ਵਾਸਤੇ ਵੈਰੀ ਗੁੱਡ ਇਹ ਰੇਟ ਹੈ ਭਾਜੀ ਹੋਰ ਰੇਟ ਇਸ ਰੇਟ ਦੇ ਬਾਹਰੋਂ ਵੀ ਨਹੀਂ ਮਿਲਦਾ ਬਿਲਕੁਲ ਜੀ ਭਾਈ ਇਮਰਾਨ ਨੇ ਖਰਾਬ ਕੀ ਕੀਤਾ ਮਾਸ਼ਾਅੱਲਾ 2,20,000 ਝੋਟੀ ਨੰਬਰ 2 ਸੀ ਅੱਗੇ ਆ ਗਈ ਦੀ ਝੋਟੀ ਨੰਬਰ 3 ਜੀ ਭਾਈ ਜਨ ਲੈ ਕੇ ਜਾਓ ਚੱਕਰੇ ਕਲਵਾਓ ਲਾਮਾ ਗੱਬਾਂ ਨੇ 8 ਦਿਨ ਕੱਚੀ ਹੈ ਲਓ ਜੀ ਦੋਸਤੋ ਗੱਬਨ ਝੋਟੀ ਹੈ 8 ਦਿਨ ਲੈਣ ਡਈ ਹੈ ਮਾਸ਼ਾਅੱਲਾ ਜੀ ਲਿਬਾਸ ਚੈੱਕ ਕਰ ਲੈਣਾ ਸਿਹਤਮੰਦ ਅਤੇ ਪਹਿਲਵਾਨ ਜਾਨਵਰ ਇੱਥੇ ਹੀ ਭਾਈ ਜਨ ਇੱਥੇ ਖਿਲਾ ਰਹੇ ਲਓ ਜੀ ਦੋਸਤੋ ਮੁਕੰਮਲ ਹਾਈਟ ਅਤੇ ਲਾਂਭ ਚੈੱਕ ਕਰ ਲੈਣੀ ਚਿਹਰਾ ਵੀ ਦੋਸਤਾਂ ਨੇ ਚੈੱਕ ਕਰਵਾ ਦਿੰਦੇ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਸੇਮ ਸਿੱਗੀਆਂ ਐਵੇਂ ਛੋਟੀਆਂ ਛੋਟੀਆਂ ਭਾਈ ਜਾਨ ਕਿੰਨਵੇਂ ਸੂਬੇ ਸੂਣਾ ਜਾਨੇ ਇਹਦਾ ਕੋਈ ਹੈ ਰਿਕਾਰਡ ਪਹਿਲੇ ਸੂਬੇ ਦਾ ਲਓ ਜੀ ਦੋਸਤੋ ਨੰਬਰ 3 ਤੇ ਚੈੱਕ ਕਰਵਾਉਣ ਡੇ ਆ 17-18 ਲੀਟਰ ਦਾ ਪਹਿਲੇ ਸੂਬੇ ਦਾ ਰਿਕਾਰਡ ਦੂਸਰੇ ਸੂਬੇ ਝੋਟੀਆਂ ਸੂਣਾ 8-10 ਦਿਨ ਲੈਣ ਡੇ ਜੀ ਜੀ ਭਾਈ ਇਮਰਾਨ ਝੋਟੀ ਨੰਬਰ 3 ਦਾ ਝੋਟੀ ਨੰਬਰ 3 ਸਰ ਜੀ ਇਹ ਪਹਿਲੇ ਸੂਬੇ 17-18 ਸਿਰ ਦਾ ਰਿਕਾਰਡ ਇਹਦਾ ਜੀ ਜੀ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ 10 ਕੁ ਦਿਨ ਰਹਿੰਦੇ ਨੇ ਅਤੇ ਸੂਣ ਵਿੱਚ ਸੂਬੇ ਕੀ ਪੂਰੇ ਨਜ਼ਾਰੇ ਦੇਗੀ ਅਤੇ ਰੇਟ ਦਾ ਸਰ ਜੀ ਫਾਈਨਲ 2,55,000 ਵੈਰੀ ਗੁੱਡ ਠੀਕ ਹੈ ਫਾਈਨਲ 2,55,000 ਝੋਟੀ ਨੰਬਰ 3 ਹੀ ਕੀਮਤ ਡਿਮਾਂਡ 2,55,000 ਨੰਬਰ 3 'ਤੇ ਚੈੱਕ ਕਰਵਾਈ ਅੱਗੇ ਆ ਗਈ ਜੀ ਮਾਸ਼ਾਅੱਲਾ ਜੀ ਨੰਬਰ 4  'ਚ ਲਓ ਜੀ ਦੋਸਤ ਚਿਹਰਾ ਇਹਦਾ ਚੈੱਕ ਕਰ ਲੈਣਾ ਇਹ ਮੂੰਹ ਛਿੱਗੀ ਗਿਆ ਜੀ ਭਾਈ ਇਮਰਾਨ ਦੋਸਤਾਂ ਵਾਸਤੇ ਪੈਕੇਜ ਹੀ ਲੈ ਕੇ ਆਏ ਹੋ ਇਨਸ਼ਾਅੱਲਾ ਲਓ ਜੀ ਦੋਸਤ ਚੈੱਕ ਕਰ ਲੈਣਾ ਪੈਕੇਜ ਹੀ ਤਸੱਲੀ ਮੁਕੰਮਲ ਕਰਵਾ ਦਿੰਦੇ ਹਾਂ ਇਹ ਵੀ ਕੱਲ੍ਹ ਦੀ ਸੂਈ ਜੀ ਪੁੱਠਾ ਵੀ ਦੋਸਤਾਂ ਨੇ ਚੈੱਕ ਕਰ ਲੈਣਾ 1 ਦਿਨ ਹੋ ਗਿਆ ਸੂਇਆ ਜਾ ਕੀ ਹੈ ਮਗਰ ਭਾਈ ਇਹਦੇ ਜਾ ਮਗਰ ਕੱਟਾ ਅਤੇ ਬੋਲਾ ਕਿੰਨਾ ਕੁ ਕੱਟਿਆ ਜੇ 10 ਕਿਲੋ ਦੋਵਾਂ ਟਾਈਮਾਂ ਦਾ ਜਾ ਸਮੇਤ ਲਓ ਜੀ ਦੋਸਤੋ 10 ਕਿਲੋ ਬੋਲਾ ਦੋਵਾਂ ਟਾਈਮਾਂ ਦਾ ਜਾ ਸਮੇਤ ਜਾ ਮਗਰ ਕੱਟਾ ਕੱਲ੍ਹ ਦੀ ਸੂਈ ਹੈ ਸਿਹਤ ਦੋਸਤਾਂ ਨੇ ਚੈੱਕ ਕਰ ਲੈਣੀ ਹੈ ਬਾਜ ਨੇ 1 ਮਿੰਟ ਸਿਰਫ ਥਾਨ ਚੈੱਕ ਕਰਵਾ ਲਓ ਲਓ ਜੀ ਦੋਸਤੋ ਲਿਬਾਸ ਵੀ ਚੈੱਕ ਕਰ ਲੈਣਾ ਸੋਹਣੇ ਮੁੱਠੀ ਥਣ ਜੀ ਭਾਈ ਇਮਰਾਨ ਝੋਟੀ ਨੰਬਰ 4 ਦਾ ਰੇਟ ਸਰ ਜੀ ਇਹਦਾ ਸਾਰਿਆਂ ਨੂੰ ਰੇਟ ਤਾਂ ਕਰਨਾ ਬਹੁਤਾ ਚਾਹੀਦਾ ਜਿੰਨਾ ਦੁੱਧ ਅਤੇ ਜਿੰਨਾ ਕਰੰਟ ਇਹਦੇ ਵਿੱਚ ਜੀ ਜੀ ਲੇਕਿਨ ਸਿਰਫ 2,20,000 ਰੁਪਏ ਬੇਸ਼ੱਕ ਸਿਹਤ ਦੀ ਜ਼ਰਾ ਕਮਜ਼ੋਰ ਹੈ ਲੇਕਿਨ ਦੁੱਧ ਦੇ ਲਿਹਾਜ਼ ਨਾਲ ਕਾਫੀ ਅੱਛੀ ਹੈ ਸਾਰੀਆਂ ਨਾਲੋਂ ਅੱਗੇ ਹੈ ਤੇ ਇਹਦਾ ਜਾ ਭਾਈ ਜਾਣਾ ਜੀ ਹਾਂਜੀ ਉਹ ਜਾ ਜੀ ਦੋਸਤਾਂ ਜਾ ਵੀ ਚੈੱਕ ਕਰ ਲੈਣਾ ਜਾ ਮਗਰ ਕੱਟਾ ਮੁਕੰਮਲ ਤਸੱਲੀ ਕਰਵਾ ਦੀ ਨੰਬਰ 4 ਤੇ ਚੈੱਕ ਕਰਵਾਈ 1 ਦਿਨ ਹੋ ਗਿਆ ਸੋਇਆ ਦੁੱਧ 10 ਤੋਂ 12 ਕਿਲੋ 10 ਤੋਂ 12 ਕਿਲੋ ਇਨਸ਼ਾਅੱਲਾ ਬੋਲਾ ਜਿਹੜਾ ਚੈੱਕ ਕਰ ਲੈਣਾ ਮਿਲ ਲੈਣਾ ਦੋਸਤਾਂ ਨੂੰ ਵੈਰੀ ਗੁੱਡ ਜੀ ਭਾਈ ਇਮਰਾਨ ਦੋਸਤਾਂ ਵਾਸਤੇ ਕੋਈ ਪੈਗਾਮ ਕੋਈ ਮੈਸੇਜ ਪੈਗਾਮ ਮੈਸੇਜ ਸਰ ਜੀ ਇਹ ਹੀ ਹੈ ਕਿ ਵਪਾਰ ਲੋਕ ਕਰਦੇ ਨੇ ਲੇਕਿਨ ਝੂਠ ਬੜਾ ਬੋਲਦੇ ਨੇ ਝੂਠ ਨਹੀਂ ਬੋਲਣਾ ਚਾਹੀਦਾ ਵੈਰੀ ਗੁੱਡ ਹੱਕ ਲਾਲ ਦੀ ਕਰਕੇ ਥੋੜ੍ਹੀ ਖਾ ਲਓ ਹੱਕ ਲਾਲ ਬਿਲਕੁਲ ਜੀ ਥੋੜ੍ਹੀ ਖਾ ਲਓ ਲੇਕਿਨ ਹੱਕ ਲਾਲ ਦੀ ਖਾ ਲਓ ਹੱਕ ਲਾਲ ਦੀ ਖਾਓ ਝੂਠ ਨਾ ਬੋਲੋ ਜਿਹੜੀ ਗੱਲ ਕਰੋ ਸੱਚੀ ਕਰੋ ਜੀ ਭਾਈ ਇਮਰਾਨ ਪੈਗਾਮ ਹੈ ਜੀ ਦੋਸਤਾਂ ਵਾਸਤੇ ਜੀ ਭਾਈ ਇਮਰਾਨ ਬਹੁਤ ਸ਼ੁਕਰੀਆ ਉਮੀਦ ਕਰਦਾ ਕਿ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਅਤੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਇਜਾਜ਼ਤ ਚਾਹੁੰਦੇ ਹਾਂ ਅੱਲਾ ਹਾਫਿਜ਼